बेनती करना समाप्ति विच इना भुलेखे च पै गए इतने चार सिपाही दो सौ या हजार ना तो मेनु फड़ के लै जाणगे ते मन विच मेरे भी बहुत चरदा भरिया है इसकी चिंता ना करो करे तुसी इन्हां नूं एक दिन आउण दिओ सही किराए इस पास नूं ढेरियां ला के ट्रक भर के तोड़दा वेख इन्हां दे किवें है इना ख्याल करो आउंदे मेनु चुक के लै जाणगे आ मरे नूं जरूर अलजा सकदा कोई ना कोई कितें ਉਹ ਮਿੱਟੀ ਹੋਣੀ ਉਹਦੇ ਨਾਲ ਸੰਬੰਧ ਕੋਈ ਨੀ ਜਦੋਂ ਤੱਕ ਸਰੀਰ ਵਿਚ ਸਵਾਰਥ ਹੈ ਮੈਂ ਨਿਸ਼ਚੇ ਨਾਲ ਕਹਿਣਾ ਚਾਹੁੰਦਾ ਭਾਵੇਂ ਵੀਹ ਤੀਹ ਤੀਹ ਲੱਖ ਵੀ ਇੱਕ ਬੰਦਾ ਆ ਜਾਵੇ ਪੁਲਿਸ ਦਾ ਜੇ ਉਹਨਾਂ ਨੂੰ ਫੜ ਕੇ ਨਹੀਂ ਲਿਆ ਸਕਦੇ ਹਾਲਾਤ ਨਾ ਪੁਰਸ਼ੋ ਠੀਕ ਹੋ ਜਾਣਗੇ ਜੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਇਲੈਕਸ਼ਨ ਹੈ ਇਹਦੇ ਵਿੱਚ ਜ਼ਿੰਮੇਵਾਰ ਬੰਦੇ ਵਧੀਆ ਆ ਜਾਣ ਸੰਤ ਬਾਬਾ ਜਰਨੈਲ ਸਿੰਘ ਨੇ ਕਿਹਾ ਸੀ ਵੀ ਅਸੀਂ ਹੁਣ ਭਵਨ ਖੁੱਲ੍ਹਣ ਨਹੀਂ ਦੇਣੇ ਨਿਰਗਤਾਰੀਆਂ ਦੇ ਜਿਹੜੇ ਭਵਨ ਨੇ ਨਾ ਅਤੇ ਜੀਵਨ ਸਿੰਘ ਮੁਰਾਨਗਰ ਨੇ ਕਿਹਾ ਸੀਗਾ ਵੀ ਮੈਂ ਉਹ ਖਿਲਾਊਂਗਾ ਤੁਸੀਂ ਰੋਕਿਓ ਮਤਲਬ ਕਿ ਫਿਰ ਇਹਨਾਂ ਨੇ ਉਦੋਂ ਸੰਤਾਂ 'ਤੇ ਇਲਜ਼ਾਮ ਵੀ ਲਾਏ ਵੀ ਇਹ ਕਾਂਗਰਸ ਦੀ ਉਪਜ ਹੈ ਜੀ ਕਾਂਗਰਸ ਦੇ ਏਜੰਟ ਨੇ ਜੀ ਕਾਂਗਰਸ ਨੇ ਪੈਦਾ ਕੀਤੇ ਨੇ ਜੀ ਜਿਹੜੀ ਹੁਣ ਗੱਲ ਕਰਦੇ ਹਾਂ ਜੀ ਆਪਾਂ ਦਰਬਾਰ ਸਾਹਿਬ 'ਤੇ ਅਟੈਕ ਦੀ ਹਮਲੇ ਦੀ ਗੱਲ ਕਰਦੇ ਜੀ ਇਹਦਾ ਪਹਿਲਾਂ ਤੁਹਾਨੂੰ ਕਹਿ ਲਈਏ ਜਾਂ ਸੰਤਾਂ ਨੂੰ ਪਹਿਲਾਂ ਇਹ ਚੀਜ਼ ਦਾ ਪਤਾ ਲੱਗ ਗਿਆ ਸੀ ਕਿ ਹਮਲਾ ਹੋਊਗਾ ਹੁਣ ਕਿ ਦਰਬਾਰ ਸਾਹਿਬ ਦਾ ਇਹਨਾਂ ਨੇ ਉਲਟਾ ਅਸਰ ਲਿਆ ਸੀ ਉੱਥੇ ਜਾ ਕੇ ਲੁਕੇ ਸੀ ਹੋਰ ਜਗ੍ਹਾ ਕਿਉਂ ਨਹੀਂ ਲੁਕੇ ਫਿਰ ਸਰਕਾਰ ਨੂੰ ਇਹ ਮਜਬੂਰ ਨੂੰ ਹਮਲਾ ਕਰਨਾ ਪਿਆ ਉਹਨਾਂ ਨੇ ਤਾਂ ਸਰਕਾਰ ਨੇ ਤਾਂ ਇਹ ਤਹੀਆ ਕੀਤਾ ਸੀ ਵੀ ਸੇ ਕੌਮ ਨੂੰ ਸਬਕ ਸਿਖਾਉਣਾ ਹੈ ਇਹਨਾਂ ਦੀ ਨਸਲਕੁਸ਼ੀ ਕਰਨੀ ਉਹ ਕੀਤੀ ਉਹਨਾਂ ਨੇ ਅਤੇ ਬਹਾਨਾ ਸੰਤ ਜਰਨੈਲ ਸਿੰਘ ਦਾ ਲਾਇਆ ਉਸਨੇ 6 ਜੂਨ 1984 ਤੋਂ ਲੈ ਕੇ ਇਹ ਗੱਲ ਹਮੇਸ਼ਾ ਕਹੀ ਹੈ ਕਿ ਸੰਤਾਂ ਦੀ ਸ਼ਹਾਦਤ ਨੂੰ ਦਾਸ ਨੇ ਅੱਖੀਂ ਵੇਖਿਆ ਅਤੇ ਮੈਂ ਉਸ ਗੱਲ 'ਤੇ ਵਜੇਦਾਂ ਕਿ ਮੈਂ ਕਦੇ ਵੀ ਇਹ ਗੱਲ ਨਹੀਂ ਕਹੀ ਕਿ ਸੰਤ ਚੜ੍ਹਦੀ ਕਲਾ ਵਿੱਚ ਨੇ ਭਾਵੇਂ ਮੇਰੇ ਨਾਲ ਕਈ ਸਿੰਘਾਂ ਨੇ ਰੋਸਾ ਵੀ ਕੀਤਾ ਸੰਤਾਂ ਦੀ ਸ਼ਹਾਦਤ ਨੂੰ ਤੁਸੀਂ ਕਹਿ ਰਹੇ ਹੋ ਕਿ ਅੱਖੀਂ ਦੇਖਿਆ ਸੰਤਾਂ ਕੋਲ ਉਦੋਂ ਹਥਿਆਰ ਕਿਹੋ ਜਿਹੇ ਸੀ ਵਿਵੇਕ ਸਿੰਘ ਵੀ ਮੇਨ ਰਹੇ ਨੇ ਅਤੇ ਕੇ ਐੱਸ ਬਰਾੜ ਦੀ ਇੱਕ ਕਿਤਾਬ ਵੀ ਲਿਖੀ ਹੋਈ ਹੈ ਜਿਹੜੇ ਜਿਹੜੇ ਹਮਲੇ ਦੇ ਵਿੱਚ ਸੀ ਫੌਜੀ ਸੀ ਅਤੇ ਉਹਨਾਂ ਵੱਲੋਂ ਵੀ ਉਹਨਾਂ ਦੀ ਵਿਉਂਤਬੰਦੀ ਤਾਰੀਫ ਕੀਤੀ ਗਈ ਹੈ ਕਿ ਇੱਦਾਂ ਦੀਆਂ ਗੋਲੀਆਂ ਸੀ ਨੀਚੋਂ ਧਰਤੀ ਦੇ ਵਿੱਚੋਂ ਆਉਂਦੀਆਂ ਸੀ ਅਤੇ ਉਹਨਾਂ ਦੀ ਸ਼ਹਾਦਤ ਬਾਰੇ ਦੱਸੋ ਕਿੱਦਾਂ ਸ਼ਹਾਦਤ ਹੋਈ ਅਤੇ ਮਤਲਬ ਕਿ ਇਹੋ ਜਿਹੇ ਯੋਧੇ ਹੁਣ ਤਾਂ ਮੈਂ 2 ਘੰਟਿਆਂ ਵਿੱਚ ਕਿਸੇ ਕੰਟਰੀ ਨੂੰ ਫਤਿਹ ਕਰਨਾ ਹੋਵੇ ਪਾਕਿਸਤਾਨ ਨੂੰ ਫਤਿਹ ਕਰਨਾ 2 ਘੰਟੇ ਲਾਊਂਗਾ ਜਨਰਲ ਸਾਹਿਬ ਨੇ 2 ਗੱਲਾਂ ਮਹਾਂਪੁਰਖਾਂ ਨਾਲ ਕੀਤੀਆਂ ਨੇ ਸਭ ਤੋਂ ਮਹਾਂਪੁਰਸ਼ੋ ਮੈਂ ਤੁਹਾਡਾ ਵਚਨ ਪੂਰਾ ਕਰ ਆਇਆ ਹਾਂ ਅਤੇ ਮੈਂ ਹਥਿਆਰ ਵੀ ਛਿੜ ਕੇ ਨਹੀਂ ਆਇਆ ਸੰਤ ਕਹਿੰਦੇ ਜਨਰਲ ਸਾਹਿਬ ਸਮਾਂ ਅੱਗੇ ਪਿੱਛੇ ਹੋ ਸਕਦਾ ਉਹਦੇ ਮਗਰੇ ਆਏ ਕਿਤੋਂ ਸੁਣਨ 'ਚ ਇਹ ਵੀ ਆਉਂਦਾ ਕਿ ਉੱਥੇ ਬੱਚੇ ਬਜ਼ੁਰਗ ਮਾਤਾਵਾਂ ਹੈਗੀਆਂ ਸੀ ਉੱਥੇ ਪੁਲਿਸ ਨੇ ਉਹ ਗੈਂਸ ਦਾ ਸੋਰੀ ਆਰਮੀ ਨੇ ਫੌਜ ਨੇ ਉਹਦਾ ਗੈਂਸ ਦਾ ਪ੍ਰਯੋਗ ਕੀਤਾ ਜਿਹੜੀ ਵੱਡੇ ਵੱਡੇ ਹਮਲਿਆਂ 'ਚ ਵੀ ਨਹੀਂ ਆਪਾਂ ਪ੍ਰਯੋਗ ਕਰਦੇ ਇਹ ਗੱਲ ਸੱਚਾਈ ਹੈ ਜਦੋਂ ਤੁਸੀਂ ਬਾਹਰ ਆ ਗਏ ਸੀ ਬਾਹਰ ਹਰੇਕ ਸਿੰਘ ਨੂੰ ਤਾਂ ਉਹ ਜਾਣਦੇ ਵੀ ਨਹੀਂ ਹੁੰਦੇ ਜਦੋਂ ਜਿਹੜੇ ਆਰਮੀ ਫੌਜ ਅਫਸਰ ਸੀ ਤੁਹਾਡੀ ਜਿਹੜੀ ਤੁਹਾਡੀ ਪਛਾਣ ਉਦੋਂ ਕਿਹਨਾਂ ਨੇ ਕੀਤੀ ਸੀ ਕਿ ਇਹ ਫਲਾਣੇ ਸਿੰਘ ਨੇ ਸਕਰੀਨਿੰਗ ਕੀਤਾ ਸਾਰਾ ਜੀ ਉਹ 250-300 ਦੇ ਵਿੱਚੋਂ ਮੈਨੂੰ ਇਕੱਲੇ ਨੂੰ ਬਾਹਰ ਕੱਢਿਆ ਗਿਆ ਸਰਕਾਰ ਨੂੰ ਜਾਂ CID ਨੂੰ ਜਾਂ ਉੱਥੋਂ ਦੇ ਉਸ ਵੇਲੇ ਏਜੰਸੀਆਂ ਨੂੰ ਇਹ ਸੀ ਵੀ ਇਹ ਮੇਨ ਬੰਦਾ ਸਨ ਜਿਹੜਾ ਉਹਨਾਂ ਦਾ ਕੋਈ ਇਹ ਵੀ ਸੁਣਨਾ ਚਾਹਿਆ ਕਿ ਜਿਹੜਾ ਉੱਥੋਂ ਤੁਹਾਨੂੰ ਲਿਜਾਣ ਦਾ ਸਾਧਨ ਸੀ ਉਹ ਕਿੱਦਾਂ ਦਾ ਸੀ ਕਿੱਦਾਂ ਦਾ ਬਿਹੇਵ ਸੀ ਉਹਨਾਂ ਦਾ ਲਿਜਾਣ ਬਹੁਤ ਮਾੜਾ ਸੀ ਇਹ ਬਿਹੇਵ ਪੰਜਾਬਤਾਨ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕ੍ਰਮਵਾਰ ਅਸੀਂ ਐਪੀਸੋਡ ਲੈ ਕੇ ਦੁਬਾਰਾ ਫਿਰ ਹਾਜ਼ਰ ਹੋਏ ਹਾਂ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਦੇਖਿਆ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਪ੍ਰਤੀ ਕਿੱਦਾਂ ਖਾਰ ਪੈਦਾ ਹੋਣ ਲੱਗ ਗਈ ਸੀ ਸੋ ਬਾਬਾ ਜੀ ਨਾਲ ਅੱਗੇ ਜੋ ਗੱਲਾਂ ਬਾਤਾਂ ਕਰਦੇ ਹਾਂ ਕਿ ਅੱਗੇ ਕਿਵੇਂ ਕਿਵੇਂ ਸੰਤਾਂ ਦੇ ਨਾਲ ਜੋ ਖਾਰਾਂ ਪੈਦਾ ਹੋਈਆਂ ਜੋ ਉਸ 'ਤੇ ਮੈਂ ਰਾਜਨੀਤੀ ਦੇ ਜੋ ਲੀਡਰ ਸੀ ਉਹਨਾਂ ਦਾ ਕਿੰਨਾ ਕੁ ਯੋਗਦਾਨ ਸੀ ਸੋ ਬਾਬਾ ਜੀ ਇੱਕ ਇਹ ਗੱਲ ਦੱਸਿਓ ਜੀ ਕਿ ਸੰਤਾਂ ਨੇ ਖੁਦ ਰਾਜਨੀਤੀ ਦੇ ਵਿੱਚ ਹੱਥ ਅਜਮਾਏ ਸੀ ਜਾਂ ਕੋਈ ਜਿਵੇਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਕਿਹਾ ਗਿਆ ਉਹਨਾਂ ਬਾਰੇ ਦੱਸੋ ਜੀ ਬੇਨਤੀ ਇਸ ਤਰ੍ਹਾਂ ਜੀ ਉਹਦੇ ਬਾਰੇ ਵੀ ਜਦੋਂ ਇਹ 1978 ਦਾ ਕਾਂਡ ਵਰਤ ਗਿਆ ਉਸ ਤੋਂ ਬਾਅਦ 1979 ਦੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਦਾ ਵੀ ਐਲਾਨ ਹੋ ਗਿਆ ਜੀ ਉਸ ਵੇਲੇ ਜਦੋਂ ਐਲਾਨ ਹੋਇਆ ਤਾਂ ਸੰਤ ਬਾਬਾ ਜਰਨੈਲ ਸਿੰਘ ਜੀ ਤੋਂ ਪਹਿਲਾਂ ਜਿਹੜੇ ਸੰਤ ਬਾਬਾ ਕਰਤਾਰ ਸਿੰਘ ਜੀ ਸੀ ਉਹਦੇ ਬਾਰੇ ਛੋਟੀ ਜਿਹੀ ਮੈਂ ਬੇਨਤੀ ਕਰ ਦੇਵਾਂ ਸੰਗਤਾਂ ਦੇ ਗੋਚਰ ਜਿਹੜੇ ਸਿਰੇ ਸਰੋਤੇ ਨੇ ਸੁਣਨ ਵਾਲੇ
रामपुर खेड़ा पिंड पैंदा एक उत्थों दे संत बाबा हरनाम सिंह जी होए ने जी ते अज कल उत्थे संत बाबा सेवा सिंह जी ने उत्थे एक जप तप समागम हुंदा हुंदा है हर साल अज भी हुंदा है ओह जप तप समागम दे विच लंगर दी पंगत विच बैठे महापुरख संत बाबा करतार सिंह जी भी संत बाबा हरनाम सिंह जी भी तो असी कुछ नाल सिंह भी बैठे सीगे किसी सिंह ने आके गल की संगत रूप विच भी बाबा जी जिहड़े ग्रंथी सिंह ने ओह जिहड़े साडे इलाके दे विच उन्हां नां लिया उस वेले भी ओह गुरमत दीआं गुरमत दे अनुसार नहीं चल रहे काफ़ी गलतियां कर रहे ने संत बाबा हरनाम सिंह जी ने जिहड़े श्रोमणी कमेटी दे नाल संबंधित सी मतलब कि ग्रंथी सिंह जिहड़ा सीगा उस वेले जी ਤਾਂ ਪ੍ਰਬੰਧ ਨਾਲ ਤਾਂ ਸੰਤ ਬਾਬਾ ਹਰਨਾਮ ਸਿੰਘ ਜੀ ਕਹਿਣ ਲੱਗੇ ਸੰਤ ਕਰਤਾਰ ਸਿੰਘ ਨੂੰ ਵੀ ਮਹਾਂਪੁਰਖੋ ਕੋਈ ਇਹ ਕਿਵੇਂ ਮਤਲਬ ਕਿ ਹਾਲਾਤ ਠੀਕ ਹੋ ਸਕਦੇ ਨੇ ਸੰਤ ਕਹਿੰਦੇ ਭਾਈ ਹਾਲਾਤ ਮਹਾਂਪੁਰਸ਼ੋ ਠੀਕ ਹੋ ਜਾਣਗੇ ਜੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਇਲੈਕਸ਼ਨ ਹੈ ਇਹਦੇ ਵਿੱਚ ਜ਼ਿੰਮੇਵਾਰ ਬੰਦੇ ਵਧੀਆ ਆ ਜਾਣ ਬਿਲਕੁਲ ਮੈਂਬਰ ਵਧੀਆ ਆ ਜਾਣ ਉੱਪਰਲਾ ਸਾਰਾ ਢਾਂਚਾ ਠੀਕ ਹੋ ਜਾਵੇ ਥੱਲੇ ਆਪੀ ਠੀਕ ਹੋ ਜੂਗਾ ਬਿਲਕੁਲ ਫਿਰ ਬਾਬੇ ਹਰਨਾਮ ਸਿੰਘ ਕਹਿਣ ਲੱਗੇ ਚੰਗਾ ਮਹਾਂਪੁਰਸ਼ੋ ਵੀ ਹੁਣ ਆਪਾਂ ਨੂੰ ਫਿਰ ਆਪਣਾ ਇਲੈਕਸ਼ਨ ਲੜਨੀ ਚਾਹੀਦੀ ਹੈ ਉਹ ਕਹਿੰਦੇ ਵੀ ਆਪਾਂ ਨੂੰ ਉਹ ਕਹਿੰਦੇ ਜਦੋਂ ਇਲੈਕਸ਼ਨ ਹੋਊਗੀ ਇਹ ਸੰਨ 1976 ਦੀਆਂ ਗੱਲਾਂ 77 ਦੀਆਂ ਗੱਲਾਂ ਨੇ ਜੀ ਇਹ ਜੀ ਅਤੇ ਮਤਲਬ ਕਿ ਉਹ ਕਹਿੰਦੇ ਜਦੋਂ ਕੋਈ ਸਮਾਂ ਬਣਿਆ ਤਾਂ ਮਹਾਂਪੁਰਖੋ ਜ਼ਰੂਰ ਆਪਾਂ ਇਸ ਵੱਲ ਧਿਆਨ ਦੇਵਾਂਗੇ ਪਰ ਲੇਕਿਨ 1977 ਵਿੱਚ ਅਗਸਤ ਦੇ ਮਹੀਨੇ ਸੰਤਾਂ ਦਾ ਪਾਣਾ ਵਾਪਰ ਗਿਆ ਲੇਕਿਨ ਇਹ ਗੱਲ ਚੱਲਦੀ ਸੀਗੀ ਚਲੋ ਸਿੰਘਾਂ ਦੇ ਵਿੱਚ ਜਦੋਂ ਫਿਰ 79 ਵਿੱਚ ਇਲੈਕਸ਼ਨ ਦਾ ਐਲਾਨ ਹੋਇਆ ਸ਼੍ਰੋਮਣੀ ਕਮੇਟੀ ਦਾ ਉਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਵੀ ਐਲਾਨ ਕਰ ਦਿੱਤਾ ਵੀ ਅਸੀਂ ਵੀ ਜਿਹੜੇ ਗੁਰਮਤਿ ਆਸ਼ਰਮ ਵਾਲੇ ਆਸ਼ੇ ਅਨੁਸਾਰ ਗੁਰਸਿੱਖੀ ਜੀਵਨ ਵਾਲੇ ਸਿੰਘ ਨੇ ਤਿਆਰ ਬਰ ਤਿਆਰ ਨੇ ਉਹ ਇਸ ਇਲੈਕਸ਼ਨ ਦੇ ਵਿੱਚ ਭਾਗ ਲੈਣਗੇ ਜੀ ਉਸ ਵੇਲੇ ਫਿਰ ਅਕਾਲੀ ਦਲ ਵੱਲੋਂ ਉਜਾਗਰ ਸਿੰਘ ਸੇਖਵਾਂ ਜਹੇਦਾਰ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਮਿਲਿਆ ਵੀ ਮਹਾਂਪੁਰਖੋ ਤੁਸੀਂ ਜਿਹੜਾ ਐਲਾਨ ਕੀਤਾ ਠੀਕ ਨਹੀਂ ਕੀਤਾ ਵੀ ਤੁਸੀਂ ਮਿਲ ਕੇ ਆਪਾਂ ਸਾਰੇ ਇਲੈਕਸ਼ਨ ਲੜੀਏ ਉਦੋਂ ਮੇਨ ਮੁੱਖ ਪਾਰਟੀਆਂ ਕਿਹੜੀਆਂ ਕਿਹੜੀਆਂ ਸੀ ਵੈਸੇ ਉਦੋਂ ਪ੍ਰਕਾਸ਼ ਸਿੰਘ ਬਾਦਲ ਸੀਗਾ ਜੀ ਮੇਨ ਤਾਂ ਮਤਲਬ ਕਿ ਅਕਾਲੀ ਦਲ ਜਿਹੜਾ ਸੀਗਾ ਠੀਕ ਹੈ ਉਦੋਂ ਜਿਹੜੇ ਪ੍ਰਧਾਨ ਸੀਗਾ ਆਪਣਾ ਜਗਦੇਵ ਸਿੰਘ ਤਲਵੰਡੀ ਸੀਗਾ ਉਦੋਂ ਜਿਹੜੇ ਸੀ ਇਹ ਮਤਲਬ ਕਿ ਰਾਜਨੀਤਿਕ ਤੌਰ 'ਤੇ ਮੁੱਖ ਮੰਤਰੀ ਰਹਿ ਚੁੱਕੇ ਸੀਗੇ ਉਦੋਂ ਕਾਂਗਰਸ ਪਾਰਟੀ ਨੇ ਵੀ ਆਪਣੇ ਨੁਮਾਇੰਦੇ ਕੋਈ ਨਹੀਂ ਨਹੀਂ ਕਾਂਗਰਸ ਨੇ ਕੋਈ ਨੁਮਾਇੰਦਾ ਨਹੀਂ ਖੜਾ ਕੀਤਾ ਇਹਨਾਂ ਦੇ ਵਿੱਚੋਂ ਹੀ ਸਿੱਖਾਂ ਦੇ ਜਿਹੜੇ ਵਿੱਚ ਮਤਲਬ ਜਿਹੜੀਆਂ ਹੋਰ ਜਥੇਬੰਦੀਆਂ ਨੇ ਜਿਵੇਂ ਮਾਸਟਰ ਤਾਰਾ ਸਿੰਘ ਦੇ ਨਾਂ ਦੇ ਉੱਤੇ ਅਕਾਲੀ ਦਲ ਸੀਗਾ ਦਿੱਲੀ ਵਿੱਚ ਉਹਨਾਂ ਵੱਲੋਂ ਜਾਂ ਹੋਰ ਜਿਹੜੇ ਸਿੰਘ ਸਿੰਘਾਂ ਸੰਪਰਦਾਵਾਂ ਜਾਂ ਜਿਹੜੇ ਕੁਛ ਮਤਲਬ ਕਿ ਸਿੱਖਾਂ ਦੇ ਵਿੱਚ ਹੀ ਕਹਿਣ ਦਾ ਭਾਵ ਸਿੱਖਾਂ ਦੀਆਂ ਆਪਸ 'ਚ ਜਥੇਬੰਦੀਆਂ ਬਣੀਆਂ ਪਈਆਂ ਉਹਨਾਂ ਵਿੱਚ ਉਹ ਗੱਲ ਕਰਦੇ ਸੀਗੇ ਉਹ ਕਹਿੰਦੇ ਸੀ ਵੀ ਆਪਾਂ ਸਾਰੇ ਰਲ ਕੇ ਇਲੈਕਸ਼ਨ ਜਿਹੜੀ ਹੈ ਕਿਉਂਕਿ ਬੜੇ ਲੰਮੇ ਸਮੇਂ ਬਾਅਦ ਇਲੈਕਸ਼ਨ ਹੋਣੀ ਸੀਗੀ ਠੀਕ ਹੈ 17-18 ਸਾਲ ਬਾਅਦ ਇਲੈਕਸ਼ਨ ਹੋਣੀ ਸੀ ਇਹ ਸ਼੍ਰੋਮਣੀ ਕਮੇਟੀ ਦੀ ਸੰਤ ਕਹਿਣ ਲੱਗੇ ਭਾਈ ਸਿੰਘੋ ਆਪਣਾ ਜਹੇਦਾਰ ਜੀ ਵੀ ਤੁਸੀਂ ਜਿਹੜੇ ਸਿੰਘ ਨੇ ਤਿਆਰ ਬਰ ਤਿਆਰ ਖੜਾਓ ਜਿਹੜੇ ਸ਼੍ਰੋਮਣੀ ਕਮੇਟੀ ਦਾ ਸੰਵਿਧਾਨ ਕਹਿੰਦਾ ਵੀ ਅੰਮ੍ਰਿਤਧਾਰੀ ਸਿੰਘ ਹੋਵੇ ਪੰਜਾਬਾਣੀ ਦਾ ਨਿਤਨੇਮੀ ਹੋਵੇ ਸ਼੍ਰੀ ਗੁਰੂ ਸਾਹਿਬ ਜੀ ਦਾ ਪਾਠੀ ਗ੍ਰੰਥੀ ਸਿੰਘ ਹੋਵੇ ਉਹ ਪਾਠ ਕਰਨ ਜਾਣਦਾ ਹੋਵੇ ਇਤਿਹਾਸ ਤੋਂ ਜਾਣੂ ਹੋਵੇ ਪਰਿਵਾਰ ਉਹਦਾ ਗੁਰਸਿੱਖੀ ਵਾਲਾ ਹੋਵੇ ਇਸ ਜਿਹੜਾ ਸ਼੍ਰੋਮਣੀ ਕਮੇਟੀ ਦਾ ਸੰਵਿਧਾਨ ਹੈ ਗਜ਼ਟ ਉਹ ਗੱਲ ਕਹਿੰਦਾ ਵੀ ਉਸ ਮੁਤਾਬਕ ਤੁਸੀਂ ਬੰਦੇ ਖੜਾ ਦਿਓ ਅਸੀਂ ਉਹਦੀ ਹਮਾਇਤ ਕਰਾਂਗੇ ਬਿਲਕੁਲ ਉਹ ਕਹਿੰਦੇ ਜੀ ਇੰਨੇ ਬੰਦੇ ਨਹੀਂ ਹਨ ਇੰਨੇ ਸਿੰਘ ਨਹੀਂ ਹਨ ਮਤਲਬ ਕਿ ਜਿਹੜੇ ਜਿਸ ਢੰਗ ਨਾਲ ਤੁਸੀਂ ਉਹ ਕਹਿੰਦੇ ਸਾਤੋਂ ਲੈ ਲਓ ਤੁਸੀਂ ਸਿੰਘ ਉਹ ਵੀ ਨਹੀਂ ਗੱਲ ਮੰਨੇ ਉਹ ਅਤੇ ਉਹ ਕਹਿਣ ਲੱਗੇ ਵੀ ਫਿਰ ਗੱਲ ਇੱਥੇ ਆ ਕਹਿਣਗੇ ਵੀ ਜਿਹੜਾ ਜੀਵਨ ਸਿੰਘ ਉਮਰਾ ਨੰਗਲਾ ਹੈ ਜਿਹਨੇ ਨਿਰੰਕਾਰੀਆਂ ਦੀ ਖੁੱਲ੍ਹੇ ਧੜ ਸਪੋਰਟ ਕੀਤੀ ਹੈ ਅਤੇ ਆਪਣਾ ਨਰੱਖੜ ਪੁੰਨਿਆਂ ਦੇ ਮੇਲੇ ਅਤੇ ਬਾਬੇ ਬਕਾਲੇ ਉਹਨਾਂ ਦੀ ਪੂਰੀ ਗੱਲਬਾਤ ਕੀਤੀ ਉਹਨਾਂ ਦੇ ਹੱਕ ਵਿੱਚ ਗੱਲ ਕੀਤੀ ਜਿਹੜੇ ਫਿਰ ਭਾਵਨ ਬੰਦ ਕਰਨੇ ਸੀਗੇ ਇਹ ਕਹਿੰਦਾ ਮੈਂ ਖਿਲਾਊਂਗਾ ਅਤੇ ਤੁਸੀਂ ਮਤਲਬ ਕਿ ਬੰਦ ਕਰਾਇਓ ਸੰਤ ਬਾਬਾ ਜਰਨੈਲ ਸਿੰਘ ਨੇ ਕਿਹਾ ਸੀ ਵੀ ਅਸੀਂ ਹੁਣ ਭਵਨ ਖੁੱਲ੍ਹਣ ਨਹੀਂ ਦੇਣੇ ਨਰਕਧਾਰੀਆਂ ਦੇ ਜਿਹੜੇ ਭਵਨ ਨੇ ਨਾ ਅਤੇ ਜੀਵਨ ਸਿੰਘ ਉਮਰਾ ਨਗਰ ਨੇ ਕਿਹਾ ਸੀਗਾ ਵੀ ਮੈਂ ਉਹ ਖਿਲਾਊਂਗਾ ਤੁਸੀਂ ਰੋਕਿਓ ਅਤੇ ਸੰਤ ਕਹਿਣ ਲੱਗੇ ਅਸੀਂ ਰੋਕਾਂਗੇ ਕਹਿੰਦਾ ਮੈਂ ਖਿਲਾਉਣ ਆਊਂਗਾ ਇਹ ਰੱਖੜ ਪੁੰਨਿਆ ਅਤੇ ਬਾਬੇ ਬਕਾਲੇ ਬਹਿਸ ਬਸਈਆ ਹੋਇਆ ਸੀਗਾ ਜੀ ਇਹਨਾਂ ਨੇ ਅਕਾਲੀ ਦਲ ਨੇ ਜੀਵਨ ਸਿੰਘ ਉਮਰਾ ਨੰਗਲ ਨੂੰ ਬਾਬੇ ਬਕਾਲੇ ਤੋਂ ਖੜਾ ਕਰ ਬਿਆਸ ਤੋਂ ਖੜਾ ਕਰ ਦਿੱਤਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਨਾਲੇ ਤੋਂ ਮਿਨਿਸਟਰ ਸੀਗੇ ਮਤਲਬ ਕੈਬਨਿਟ ਮੰਤਰੀ ਸੀ ਮਾਲ ਮੰਤਰੀ ਸੀ ਨਾਲੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਖੜਾ ਦਿੱਤਾ ਸੰਤ ਕਹਿਣ ਲੱਗੇ ਵੀ ਤੁਸੀਂ ਉਹਨੂੰ ਟਿਕਟ ਨਾ ਦਿਓ ਉੱਥੇ ਤੁਸੀਂ ਭਾਈ ਅਮਰੀਕ ਸਿੰਘ ਨੂੰ ਟਿਕਟ ਦੇ ਦਿਓ ਜਿਹੜੇ ਸੰਤ ਕਰਤਾਰ ਸਿੰਘ ਉਹਨਾਂ ਦੇ ਸਪੁੱਤਰ ਸੀਗੇ ਅਮਰੀਕ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸੀਗੇ ਸ਼ਹੀਦ ਹੋ ਗਏ ਨੇ ਮਤਲਬ ਕਿ ਉਹਨਾਂ ਨੂੰ ਟਿਕਟ ਦੇ ਦਿਓ ਇਹ ਨਹੀਂ ਮੰਨੇ
ये गल टुट गई। गल टुटन तो बाद फिर संतान ने कुछ सिंह मतलब कि उन्होंने गेस खड़ाए जिन्हें अठ नौ सिंह बने मैंबर भी बन गए। भाई अमरीक सिंह जी हार गए थे मतलब कि इन्होंने जाली वोटा भुगता के अपनी पूरी सरकारी मशीनरी झो के उतों सिद्धा जीवन सिंह नंगल न मतलब कि इन्होंने जितवाया। सो एक बड़ा वड्डा खटास जिहड़ा सी आपस विच खटास पैदा हो रहा सीगा। मतलब कि फिर इन्होंने उदों संतां ते इल्जाम भी लाए भी ये कांग्रेस की उपजा जी, कांग्रेस के एजेंट ने जी, कांग्रेस ने पैदा किए ने जी, जबकि कांग्रेस नाल दी कोई गलबात नहीं सीगी। संत बाबा जरनैल सिंह जी एक पिंड दे रोडिया पिंड दे जंपल सी उत्थे रह के अपना गुरसिखी अनुसार जीवन बतीत किया। फिर टकसाल विच विद्या प्राप्त की। 1977 में संत करतार सिंह चढ़ाई करके उन्होंने मुखी बना दिता गया। कोई गल जदों सन 1978 का कांड वापरिया उदू बाद फिर खटास जी आपस में ही लीडर अपने लीडरशिप में पैंती गई। संतां की शख्सियत उभरती गई क्योंकि हमेशा ये गल आउंदी है भी शक्ति का विरोध होंदा है। बिल्कुल जिहड़ा बंदा कोई जिहदे कोल जिन्ना तगड़ा शक्ति उहदा विरोध हुंदा है उह विरोध संत बाबा जरनैल सिंह जी दा समय दे नाल करदे रहे भी असीं इहनां नूं ऐ कर। पर जिवें जिवें करदे गए तिवें तिवें संतां दी शख्सियत उभरदी गई। श्रोमणी कमेटी दी इलैक्शन दे विच मतलब कि जिहड़ी 79 दे विच इलैक्शन होई सी उहदे विच भी बहुत वड्डा मतलब कि शेर जिहड़ी संतां ने इहनां नूं गल कही सी उह इहनां नहीं मन्नी। फिर संतां ने हार के जिहड़े सिंह सी खड़े किए जिहदे विच कुछ सिंह जिते सीगे भाई सुजान सिंह जी मनामे तो सीगे। सो इस तरह होर सिंह सीगे। सो मेरा कहण तो भाव भी ये जिहड़ी खटास जिहड़ी सी पैदा हुंदी गई ये जिहड़े सीगे झुकण दी बजाए समां ते उल्टा संतां दे उत्ते दोष लाउंदे गए। कदे कोई दोष लाता कदे कोई दोष लाता। फिर 1980 ਦੇ ਵਿੱਚ ਆ ਕੇ ਨਿਰੰਕਾਰੀ ਜਿਹੜਾ ਸੀਗਾ ਜਿਹੜੇ ਮਹਾਂਪੁਰਖਾਂ ਨੇ ਗੱਲ ਕੀਤੀ ਸੀ ਆਪਣਾ ਥੀ ਆਪਣਾ ਭੀਕਾ ਸਵਾਰੀ ਹੈ ਉਹ ਭਾਈ ਰਣਜੀਤ ਸਿੰਘ ਅਤੇ ਕਾਬਲ ਸਿੰਘ ਨੇ ਸੋਧ ਦਿੱਤਾ। ਫਿਰ ਉਸ ਤੋਂ ਬਾਅਦ ਇਹਨਾਂ ਨੇ 1982 ਦੇ ਵਿੱਚ ਆ ਕੇ ਜਿਹੜਾ ਸੀਗਾ ਮਤਲਬ ਕਿ ਧਰਮ ਯੁੱਧ ਮੋਰਚਾ ਲਾਉਣਾ ਸ਼ੁਰੂ ਕੀਤਾ। ਉਹ ਕਿਵੇਂ ਲੱਗਿਆ ਉਹਦੇ ਵਿੱਚ ਇਹ ਕਾਰਨ ਨੇ ਜਗਦੇਵ ਉਦੋਂ ਇਹ ਦੋ ਧਿਰਾਂ ਵਿੱਚ ਮਤਲਬ ਕਿ ਅਕਾਲੀ ਦਲ ਹੋ ਗਿਆ ਸੀਗਾ। ਇੱਕ ਦਾ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਬਣਾ ਦਿੱਤਾ ਗਿਆ। ਦੂਜੇ ਜਿਹੜਾ ਸੀਗਾ ਧੜਾ ਉਹਦਾ ਜਗਦੇਵ ਸਿੰਘ ਤਲਵੰਡੀ ਸੀਗਾ। ਜਗਦੇਵ ਸਿੰਘ ਤਲਵੰਡੀ ਜਿਹੜਾ ਸੀ ਉਹ ਮਤਲਬ ਕਿ ਆਨੰਦਪੁਰ ਸਾਹਿਬ ਦੇ ਮਤੇ ਨੂੰ ਲੈਣ ਵਾਸਤੇ ਮੋਰਚਾ ਲਾਇਆ ਸੀ। ਉਹਨਾਂ ਨੇ ਦਿੱਲੀ ਤਿਹਾੜ ਜੇਲ੍ਹ ਵਿੱਚ ਉੱਥੇ ਗ੍ਰਿਫਤਾਰੀ ਦੇ ਰਹੇ ਸੀਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਇੱਕ ਪੂਰੀ ਦਾ ਮੋਰਚਾ ਲਾਇਆ ਸੀਗਾ ਪਾਣੀ ਦੇ ਵਾਸਤੇ। ਅਤੇ ਉਸ ਵੇਲੇ ਜਿਹੜਾ ਸੰਘਰਸ਼ ਚੱਲ ਰਿਹਾ ਸੀਗਾ ਮਤਲਬ ਕਿ ਸਿੱਖ ਕੌਮ ਦੇ ਜਿਹੜੇ ਮਤਲਬ ਕਿ ਦੇਹਧਾਰੀ ਪਖੰਡੀ ਆਪਣੇ ਆਪ ਨੂੰ ਗੁਰੂ ਬਣੇ ਬੈਠੇ ਸੀਗੇ ਉਹਨਾਂ ਦੇ ਅਗੇਂਸਟ ਨਰਕਧਾਰੀਆਂ ਦੇ ਅਗੇਂਸਟ ਉਹਨਾਂ ਦੀ ਪੈਰਵਾਈ ਜਿਹੜੇ ਸਿੰਘ ਜਿਨ੍ਹਾਂ 'ਤੇ ਕੇਸ ਹੋਏ ਸੀਗੇ ਉਹਨਾਂ ਦੀ ਪੈਰਵਾਈ ਵਾਸਤੇ ਭਾਈ ਅਮਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਇਹ ਪੈਰਵਾਈ ਕਰਦੇ ਸੀਗੇ। ਅਤੇ ਮਤਲਬ ਕਿ ਮਹਿਤੇ ਤੋਂ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਇਹਨਾਂ ਨੂੰ ਭੇਜਿਆ ਗਵਰਨਰ ਨਾਲ ਇਹਨਾਂ ਨੇ ਗੱਲ ਕਰਨੀ ਸੀਗੀ ਦਿੱਲੀ ਅੰਮ੍ਰਿਤਸਰ ਸਾਹਿਬ ਸਮਾਂ 'ਤੇ ਉੱਥੇ ਇਹਨਾਂ ਨੂੰ ਵੀ 19 ਜੁਲਾਈ 1982 ਨੂੰ ਅਰੈਸਟ ਕਰ ਲਿਆ ਭਾਈ ਅਮਰੀਕ ਸਿੰਘ ਅਤੇ ਬਠਾਰਾ ਸਿੰਘ ਨੂੰ। ਉਸ ਵੇਲੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਫਿਰ ਜਦੋਂ ਭਾਵੇਂ ਸਰੀਰਕ ਤੌਰ 'ਤੇ ਥੋੜ੍ਹੀ ਕਿਰਿਆ ਮਤਲਬ ਬਿਮਾਰ ਸੀਗੇ ਢਿੱਲੇ ਸੀਗੇ ਪਰ ਲੇਕਿਨ ਉਹਦੀ ਨਾ ਪਰਵਾਹ ਕਰਦੇ ਹੋਇਆਂ ਮਹਿਤੇ ਨੂੰ ਚੱਲ ਕੇ ਅੰਮ੍ਰਿਤਸਰ ਸਾਹਿਬ ਗਏ ਬਾਬਾ ਖੜਕ ਸਿੰਘ ਜੀ ਨੂੰ ਵੀ ਮਿਲੇ। ਉੱਥੇ ਫਿਰ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਅਰਦਾਸ ਕੀਤੀ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮੀਰੀ ਪੀਰੀ ਦੇ ਮਾਲਕੋ ਜੇ ਮੈਂ ਆਪਣੀ ਸੋਭਾ ਵਾਸਤੇ ਇਹ ਮੋਰਚਾ ਲਾਉਣ ਲੱਗਾ ਤਾਂ ਮੇਰੀ ਅਸਫਲਤਾ ਰਹੇ ਮੈਨੂੰ ਸਫਲਤਾ ਨਾ ਮਿਲੇ। ਜੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਤੇ ਨਜਾਇਜ਼ ਸਿੱਖਾਂ ਨੂੰ ਤੰਗ ਕਰਨ ਦੀ ਜਿਹੜੀ ਸਰਕਾਰ ਨੇ ਕੋਝੀ ਸਾਜ਼ਿਸ਼ ਕੀਤੀ ਹੈ ਉਹਨੂੰ ਨੰਗਿਆ ਕਰਨ ਵਾਸਤੇ ਸਿੰਘਾਂ ਦੀ ਪੈਰਵਾਈ ਕਰਨ ਵਾਸਤੇ ਮਹਾਰਾਜ ਮੈਂ ਮੋਰਚਾ ਲਾਉਣਾ ਤਾਂ ਮੈਨੂੰ ਸਫਲਤਾ ਮਿਲੇ। ਇਹ ਅਰਦਾਸ ਬੇਨਤੀ ਕਰਕੇ 51 ਬੰਦਿਆਂ ਨੇ ਸਿੰਘਾਂ ਦਾ ਮੋਰਚਾ ਲਾਉਣਾ ਸ਼ੁਰੂ ਕਰ ਦਿੱਤਾ। 51 ਬੰਦੇ ਉੱਥੋਂ ਸ਼ੁਰੂ ਹੋ ਗਏ ਮਤਲਬ ਕਿ 19 ਜੁਲਾਈ 1982 ਨੂੰ ਅਤੇ ਇਹ ਤਕਰੀਬਨ ਕੁਝ ਦਿਨ ਚੱਲਿਆ ਮੋਰਚਾ ਸੰਤਾਂ ਨੇ ਜਿਹੜਾ ਚਲਾਇਆ ਸੀਗਾ। ਫਿਰ ਕੁਛ ਦਾਨਿਸ਼ਮੰਦ ਬੰਦੇ ਜਿਹੜੇ ਸੀਗੇ ਫਿਰ ਸੰਤਾਂ ਮਹਾਂਪੁਰਖਾਂ ਕਿ ਉਹਨਾਂ ਦਾ ਜਿਹੜਾ ਸੀਗਾ ਕਿਉਂਕਿ ਮਹਾਰਾਜ ਦੇ ਬਚਨ ਨੇ ਸੂਰ ਵੀਰ ਬਚਨ ਕੇ ਬਲੀ ਕੌਲਾਂ ਬਪਰੀ ਸੰਤੀ ਛਲੀ ਉਹ ਹਮੇਸ਼ਾ ਬਚਨਾਂ ਦੇ ਬਲੀ ਹੁੰਦੇ ਨੇ ਦਿਆਵਾਨ ਹੁੰਦੇ ਨੇ। ਉਹਨਾਂ ਕੋਲ ਆ ਕੇ ਬੇਨਤੀ ਕੀਤੀ ਵੀ ਆਪਾਂ ਮੋਰਚਾ ਸਾਂਝਾ ਚਲਾਈਏ ਇਕੱਠਾ ਕਰਕੇ ਲਾਈਏ ਸਾਰੀਆਂ ਮੰਗਾਂ ਵਾਸਤੇ। ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ। ਜਗਦੇਵ ਸਿੰਘ ਤਲਵੰਡੀ ਵੀ ਉਹਦੇ ਵਿੱਚ ਆ ਗਿਆ, ਸੰਤ ਹਰਚੰਦ ਸਿੰਘ ਲੌਂਗੋਵਾਲ ਵੀ ਆ ਗਿਆ, ਅਕਾਲੀ ਦਲ ਸਾਰਾ ਉਹਦੇ ਵਿੱਚ ਅਤੇ ਸੰਤਾਂ ਵੱਲੋਂ ਸਾਰੀਆਂ ਸੰਪਰਦਾਵਾਂ ਅਖੰਡ ਕੀਰਤਨੀ ਜਥਾ ਹੋਰ ਜਿਹੜੇ ਸਿੰਘ ਸੀਗੇ ਸਾਰਿਆਂ ਨੇ ਇਕੱਠਿਆਂ ਨੇ ਮੋਰਚਾ ਲਾ ਕੇ 4 ਅਗਸਤ 1982 ਨੂੰ ਇਹਨੂੰ ਧਰਮ ਯੁੱਧ ਮੋਰਚੇ ਦਾ ਨਾਂ ਦੇ ਦਿੱਤਾ।
ਜਿਹੜਾ ਇਹ ਮੋਰਚਾ ਮਤਲਬ ਕਿ ਚੱਲਿਆ। ਉਸ ਤੋਂ ਬਾਅਦ ਫਿਰ ਵੀ ਜਾਣੀ ਇੰਨਾ ਕੁਛ ਬੀਤਣ ਤੋਂ ਬਾਅਦ ਵੀ ਸੰਤਾਂ ਦੇ ਨਾਂ ਦੇ ਉੱਤੇ ਇਹਨਾਂ ਲੋਕਾਂ ਨੇ ਬੜੇ ਬੜੇ ਵੱਡੇ ਫਤਵੇ ਜਾਰੀ ਕੀਤੇ ਵੀ ਇਹ ਕਾਂਗਰਸ ਦੀ ਉਪਜ ਹੈ ਜੀ, ਕਾਂਗਰਸ ਦਾ ਏਜੰਟ ਹੈ ਜੀ, ਇਹ ਮਤਲਬ ਕਿ ਪੰਥ ਨੂੰ ਖੇਰੂੰ ਖੇਰੂੰ ਕਰ ਰਿਹਾ ਜੀ, ਬਹੁਤ ਗੱਲਾਂ ਕੀਤੀਆਂ। ਪਰ ਲੇਕਿਨ ਉਹਨਾਂ ਗੱਲਾਂ ਨੂੰ ਬਰਦਾਸ਼ਤ ਕਰਕੇ ਜਿੱਥੇ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਸੀ ਉੱਥੇ ਬਾਬਾ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਹਮੇਸ਼ਾ ਹਾਂ ਕੀਤੀ। ਅਤੇ ਉਹਦੀ ਮਿਸਾਲ 1982 ਦਾ 4 ਅਗਸਤ ਨੂੰ ਸਾਂਝੇ ਤੌਰ 'ਤੇ ਧਰਮ ਜਿੱਤ ਮੋਰਚਾ ਲਾਉਣਾ, ਉਦੋਂ ਸੰਤਾਂ ਨੇ ਇਹ ਗੱਲ ਕਹੀ ਸੀ ਜਦੋਂ ਕਿ ਭਾਈ ਇਹ ਮੋਰਚਾ ਲਾਇਆ, ਹੁਣ ਮੋਰਚਾ ਜਿਹੜਾ ਮੰਗਾਂ ਨੂੰ ਅਨੰਦਪੁਰ ਸਾਹਿਬ ਦਾ ਮਤਾ ਨੂੰ ਮੁੱਖ ਰੱਖ ਕੇ ਅਨੰਦਪੁਰ ਦੇ ਮਤੇ ਨੂੰ ਲੈਣ ਵਾਸਤੇ ਪਾਣੀ ਦੇ ਮਸਲੇ, ਚੰਡੀਗੜ੍ਹ ਦਾ ਮਸਲਾ, ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ ਸਾਰੇ ਇਕੱਠੇ ਕਰਕੇ ਜਿੰਨਾ ਚਿਰ ਮੰਗਾਂ ਨਾ ਮੰਨੀਆਂ ਜਾਣਗੀਆਂ ਉਹਨਾਂ ਚਿਰ ਮੋਰਚਾ ਖਤਮ ਨਹੀਂ ਹੋਵੇਗਾ, ਜਾਂ ਹੁਣ ਟਾਂਡਿਆਂ ਵਾਲੀ ਰਹੂਗੀ ਜਾਂ ਹੁਣ ਭਾਂਡਿਆਂ ਵਾਲੀ ਰਹੂਗੀ। ਇੱਕ ਆਮ ਆਮ ਕਹਾਵਤ ਹੈ, ਬਿਲਕੁਲ ਠੀਕ ਹੈ ਨਾ ਜੀ, ਵੀ ਹੁਣ ਐਤਕੀ ਜੂਸ ਮੂੰਹ ਨੂੰ ਐਵੇਂ ਨਹੀਂ ਲੱਗਣਾ ਅਤੇ ਹੁਣ ਕੁਛ ਪ੍ਰਾਪਤ। ਹਾਂ, ਜੇ ਇਹਨਾਂ ਨੇ ਕੁਛ ਭੱਜਣ ਦਾ ਯਤਨ ਕੀਤਾ ਕਿਸੇ ਗੱਲ 'ਚੋਂ ਤਾਂ ਮੈਂ ਉਹਦਾ ਸੰਗਤਾਂ ਦੇ ਸਾਹਮਣੇ ਉਲੇਖ ਕਰੂੰਗਾ ਵੀ ਇਸ ਗੱਲ ਤੋਂ ਇਹ ਭੱਜ ਰਹੇ ਨੇ, ਇੰਨੀਆਂ ਗੱਲਾਂ ਸਰਕਾਰ ਨੇ ਮੰਨੀਆਂ ਨੇ, ਇੰਨੀਆਂ ਕੁ ਨਹੀਂ ਮੰਨੀਆਂ ਹਨ। ਉਦੋਂ ਬਾਅਦ ਸੰਗਤ ਨੇ ਕਰਨਾ ਸੋਚਣਾ ਵੀ ਕੀ ਕਰਨਾ ਕੀ ਨਹੀਂ ਕਰਨਾ, ਉਹ ਸੰਗਤ ਜਾਣੇ। ਮੇਰਾ ਕੰਮ ਹੈ ਚੌਂਕੀਦਾਰਾ ਕਰਨਾ, ਉਹ ਮੈਂ ਚੌਂਕੀਦਾਰਾ ਜ਼ਰੂਰ ਕਰੂੰਗਾ। ਉਹ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਕਿਹਾ ਵੀ ਮੈਂ ਆਪਣੇ ਸਰੀਰ ਦੇ ਨਾਲ ਆਪਣੇ ਬਚਨਾਂ ਨੂੰ ਇਹਨੂੰ ਨਿਭਾਵਾਂਗਾ। ਤਾਂ ਇਹ 1982 ਨੂੰ ਜਿਹੜਾ 19 ਜੁਲਾਈ 1982 ਨੂੰ ਮੋਰਚਾ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਸਿੰਘਾਂ ਦੀ ਰਿਹਾਈ ਵਾਸਤੇ ਲਾਇਆ ਸੀ, ਉਹਦੇ ਵਿੱਚ ਰਿਹਾਅ ਹੋ ਗਏ ਸਿੰਘ ਬਾਅਦ ਦੇ ਵਿੱਚ, ਭਾਈ ਅਮਰੀਕ ਸਿੰਘ, ਬਾਬਾ 18 ਸਿੰਘ, ਕੁਝ ਜਿਹੜੇ ਫੈਡਰੇਸ਼ਨ ਦੇ ਮੁੰਡੇ ਸੀ ਸਾਰੇ ਰਿਹਾਅ ਹੋਏ। ਪਰ ਲੇਕਿਨ ਧਰਮਯੁੱਧ ਮੋਰਚਾ ਇਸ ਕਰਕੇ ਲਾਇਆ ਸੀ ਵੀ ਸਾਰੀਆਂ ਮੰਗਾਂ ਜਿਹੜੀਆਂ ਨੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਮੁੱਖ ਰੱਖ ਕੇ ਅਤੇ ਪੰਜਾਬੀ ਬੋਲਦੇ ਇਲਾਕੇ, ਪਾਣੀ ਦੇ ਮਸਲੇ, ਚੰਡੀਗੜ੍ਹ ਦਾ ਮਸਲਾ ਆਦਿ ਸਾਰੇ ਇਹ ਹੱਲ ਹੋਣ, ਉਹਨਾਂ ਚਿਰ ਮੋਰਚਾ ਚੱਲੂਗਾ। ਜੇ ਹੱਲ ਨਾ ਕੀਤੇ ਤਾਂ ਇਹ ਮੋਰਚਾ ਇਸ ਨਿਰੰਤਰ ਚੱਲੂਗਾ। ਜਿਹਦੇ ਵਿੱਚ ਕਿਸੇ ਨੇ ਊਣਤਾਈ ਕੀਤੀ, ਕੋਈ ਕਮਜ਼ੋਰੀ ਦਿਖਾਈ, ਉਹ ਮੈਂ ਸੰਗਤਾਂ ਦੇ ਸਾਹਮਣੇ ਰੱਖੂੰਗਾ। ਇਉਂ ਇਹ ਮੋਰਚਾ ਜਿਹੜਾ ਸੀਗਾ ਉਸ ਵੇਲੇ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਸ਼ਖਸੀਅਤ ਇੰਨੀ ਉਭਰ ਕੇ ਆ ਚੁੱਕੀ ਸੀਗੀ, ਨੌਜਵਾਨ ਤਬਕਾ ਜਿਹੜਾ ਸੀਗਾ ਉਹ ਮਰਨ ਮਿਟਣ ਦੇ ਲਈ ਇਸ ਕਰਕੇ ਤਿਆਰ ਸੀ ਕਿਉਂਕਿ ਉਹ ਆਪ ਉਹਨਾਂ ਬਚਨਾਂ 'ਤੇ ਪੂਰਾ ਪਹਿਰਾ ਦਿੰਦੇ ਸੀ ਅਤੇ ਪਹਿਰਾ ਦੇ ਕੇ ਉਹਨਾਂ ਨੂੰ ਨਿਭਾਉਂਦੇ ਸੀਗੇ। ਇਸ ਕਰਕੇ ਖਾਸ ਕਰਕੇ ਜਿਹੜਾ ਨੌਜਵਾਨ ਤਬਕਾ ਸੀ ਉਹਨਾਂ ਮਹਾਂਪੁਰਸ਼ਾਂ ਦੇ ਨਾਲ ਜੁੜਿਆ ਸੀ ਅਤੇ ਉਹਨਾਂ ਦਾ ਸਤਿਕਾਰ ਅੱਜ ਵੀ ਹੈ। ਅੱਜ ਵੀ ਨੌਜਵਾਨਾਂ ਦੇ ਮਨਾਂ ਵਿੱਚ ਭਾਵਨਾ ਉਸ ਉਹਨਾਂ ਦੀ ਜਿਹੜੀ ਸੋਚ ਆ ਉਸ ਨੂੰ ਲੈ ਕੇ ਅੱਜ ਵੀ ਤੁਰੇ ਹੋਏ ਨੇ ਕਿਉਂਕਿ ਜੋ ਉਹਨਾਂ ਨੇ ਵਚਨ ਕੀਤਾ ਉਹਨੂੰ ਕਮਾਇਆ ਅਤੇ ਉਹਨੂੰ ਲਾਗੂ ਕੀਤਾ। ਬਾਬਾ ਜੀ, ਜਿਹੜਾ ਉਹ ਧਰਮ ਯੁੱਧ ਮੋਰਚੇ ਤੋਂ ਬਾਅਦ ਜੇ ਕਹਿ ਲਈਏ ਉਹ ਉਹਦੇ ਵਿੱਚੋਂ ਭੱਜੇ ਕਿਹੜੇ ਕਿਹੜੇ ਸੀ, ਜੇ ਲੀਡਰ ਕਹਿ ਲਈਏ ਜਾਂ ਹੋਰ ਵਿਚਾਰਧਾਰਾ ਵਾਲੇ ਕਿਹੜੇ ਕਿਹੜੇ ਭੱਜੇ? ਉਹਦੇ ਵਿੱਚ ਜੇ ਮੈਂ ਇੱਕ ਸਮੁੱਚੇ ਤੌਰ 'ਤੇ ਗੱਲ ਕਹਿ ਦਿਆਂ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਤੋਂ ਬਗੈਰ ਜਿਹੜੇ ਲੀਡਰ ਸੀ ਸਾਰੇ ਭੱਜ ਗਏ ਸੀਗੇ ਜੀ। ਸੰਤ ਬਾਬਾ ਜਰਨੈਲ ਸਿੰਘ ਜੀ ਜਦੋਂ ਮਤਲਬ ਕਿ ਇਹ ਸਾਰਾ ਕੁਛ ਭਾਣਾ ਵਾਪਰਿਆ ਉਹ ਸ਼ਹੀਦ ਸ਼ਹਾਦਤ ਦਾ ਜਾਮ ਭੱਜ ਗਿਆ, ਬਾਕੀ ਸਾਰੇ ਉੱਥੋਂ ਜਿਹਨਾਂ ਜਿਵੇਂ ਜਿਹੜੀ ਜ਼ਿੰਮੇਵਾਰੀ ਜਿਹਦੀ ਕੋਈ ਹੁੰਦੀ ਹੈ ਉਹਨੂੰ ਤਾਂ ਖਾਸ ਕਰਕੇ ਚੀਜ਼ 'ਤੇ ਪਹਿਰਾ ਦੇਣਾ ਬਣਦਾ ਨਾ, ਅਤੇ ਉਹਨਾਂ ਨੂੰ ਕੋਈ ਪਹਿਰਾ ਨਹੀਂ ਤਾਂ ਸਾਰੇ ਜਿਹੜੇ ਲੀਡਰ ਸੀ ਉੱਥੇ ਵੇਲੇ ਟੌੜਾ ਸਾਹਿਬ ਵੀ ਉੱਥੇ ਸੀ, ਲੌਂਗੋਵਾਲ ਉੱਥੇ ਸੀਗੇ, ਮੇਨ ਲੀਡਰ ਇਹੀ ਸੀਗੇ। ਬਿਲਕੁਲ ਹਾਂਜੀ, ਅਤੇ ਇਹਨਾਂ ਨੇ ਬਿਲਕੁਲ ਉੱਥੇ ਕੋਈ ਸਾਥ ਨਹੀਂ ਦਿੱਤਾ ਇਸ ਗੱਲ ਦਾ। ਜਿਹੜੀ ਹੁਣ ਗੱਲ ਕਰਦੇ ਹਾਂ ਜੀ ਆਪਾਂ ਦਰਬਾਰ ਸਾਹਿਬ 'ਤੇ ਅਟੈਕ ਦੀ ਹਮਲੇ ਦੀ ਗੱਲ ਕਰਦੇ ਹਾਂ ਜੀ, ਜਾਂ ਪਹਿਲਾਂ ਤੁਹਾਨੂੰ ਕਹਿ ਲਈਏ ਜਾਂ ਸੰਤਾਂ ਨੂੰ ਪਹਿਲਾਂ ਇਹ ਚੀਜ਼ ਦਾ ਪਤਾ ਲੱਗ ਗਿਆ ਸੀ ਕਿ ਹਮਲਾ ਹੋਊਗਾ ਹੁਣ? ਬਿਲਕੁਲ ਜੀ, ਸੰਤਾਂ ਨੂੰ ਕਿਉਂਕਿ ਸਿਆਣਿਆਂ ਦੀ ਕਹਾਵਤ ਹੈ ਵੀ ਜੇ ਮੀਂਹ ਆਉਣਾ ਹੋਵੇ ਨਾ ਤਾਂ ਹਵਾ ਤਾਂ ਰੁੱਖ ਦੇ ਕੇ ਠੰਡੀ ਹਵਾ ਜਾਂ ਉਹ ਕਹਿੰਦੇ ਭਾਈ ਇੱਧਰੋਂ ਮੀਂਹ ਆਊਗਾ। ਇਸੇ ਤਰ੍ਹਾਂ ਜਿਹੜੇ ਹਾਲਾਤ ਬਣਦੇ ਜਾ ਰਹੇ ਸੀਗੇ ਮਤਲਬ ਕਿ ਉਹਨਾਂ ਹਾਲਾਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਸੰਤਾਂ ਨੂੰ ਇਸ ਗੱਲ ਦੀ ਗੱਲ ਬਿਲਕੁਲ ਕਲੀਅਰ ਸੀਗਾ ਵੀ ਕਿਸੇ ਵੇਲੇ ਵੀ ਸਰਕਾਰ ਕੁਝ ਵੀ ਕਰ ਸਕਦੀ ਹੈ, ਕਿਸੇ ਵੇਲੇ ਵੀ, ਇਹ ਉਹਨਾਂ ਨੂੰ ਕਲੀਅਰ ਸੀਗਾ। ਜਿਹੜੇ ਤਾਂ ਮਿਲੇ ਹੋਏ ਸੀਗੇ ਜਿਹੜੇ ਲੀਡਰ ਸੀਗੇ ਸਾਰੇ ਮਿਲੇ, ਇਹਨਾਂ ਨੂੰ ਤਾਂ ਪਤਾ ਹੀ ਪਤਾ ਸੀਗਾ ਕਿਉਂਕਿ ਮੀਟਿੰਗਾਂ ਇਹਨਾਂ ਨਾਲ ਹੁੰਦੀਆਂ ਸੀਗੀਆਂ, ਸਾਰਾ ਕੁਝ ਇਹਨਾਂ ਨਾਲ ਹੁੰਦਾ ਸੀਗਾ। ਪਰ ਸੰਤ ਬਾਬਾ ਜਰਨੈਲ ਸਿੰਘ ਦੀ ਆਪਣੀ ਜਿਹੜੀ ਸੋਚ, ਆਪਣੀ ਜਿਹੜੀ ਵਿਚਾਰਧਾਰਾ ਸੀ, ਉਹਨਾਂ ਮੁਤਾਬਕ ਉਹਨਾਂ ਨੇ ਕਈ ਵਾਰੀ ਸਿੰਘਾਂ ਨੂੰ ਦੁਹਰਾਇਆ ਸੀ ਵੀ ਸਿੰਘੋ ਜੀ ਨੇ ਜਾਣਾ ਉਹ ਜਾ ਸਕਦੇ ਨੇ ਪਰ ਇੱਥੇ ਕੁਛ ਵੀ ਪਾਣਾ ਵਰਤ ਸਕਦਾ। ਕੁਛ ਕੁ ਲੋਕਾਂ ਵੱਲੋਂ ਇਹ ਵੀ ਕਿਹਾ ਜਾਂਦਾ, ਚਲੋ ਹਰ ਇੱਕ ਦੀ ਆਪਾਂ ਆਪਣੀ ਵਿਚਾਰਧਾਰਾ ਹੁੰਦੀ ਆ, ਉਹ ਉਂਗਲਾਂ ਉਠਾਉਂਦੇ ਨੇ ਕਿ ਦਰਬਾਰ ਸਾਹਿਬ ਦਾ ਇਹਨਾਂ ਨੇ ਉਲਟਾ ਆਸਰਾ ਲਿਆ ਸੀ, ਉੱਥੇ ਜਾ ਕੇ ਲੁਕੇ ਸੀ, ਹੋਰ ਜਗ੍ਹਾ ਕਿਉਂ ਨਹੀਂ ਲੁਕੇ, ਫਿਰ ਸਰਕਾਰ ਨੂੰ ਇਹ ਮਜਬੂਰ ਨੂੰ ਹਮਲਾ ਕਰਨਾ ਪਿਆ? ਨਹੀਂ, ਬਿਲਕੁਲ ਗਲਤ ਗੱਲ ਹੈ,
देखो थोड़े इसे क्वेश्चन दे विच पहली मैं गल करा जिन्हें भी अकाली दल ने मोर्चे लाए ने वह श्री अकाल तख्त साहब तो लगे ने जैतों का मोर्चा लग्या ठीक है ना जी एमरजेंसी के बुद्ध गुरु मोर्चा लग्या तो गुरु के बाग का मोर्चा लग्या किन्ने मोर्चे ने जिहड़े अकाल तख्त साहब की रहनुमाई हेठ लगते हैं क्योंकि श्री अकाल तख्त साहब जिमें मतलब कि सिखां दी सुप्रीम ताकत है हुक्म अनुसार उत्थों चलते हैं इस तरह जिहड़ा धर्म युद्ध मोर्चा लाया गया सीगा वह भी श्री अमृतसर साहब तो लाया गया दूजी गल जिहड़ी संत बाबा जरनैल सिंह जी करके कहिंदे ने जी उत्थे जी वह गए जां उत्थे हमला होया जी चलो मान लो गल तुसीं इह गल कहिंदे सी पहले गल है ही नहीं पर संत बाबा जरनैल सिंह जी दरबार साहब सीगे ते बाकी 37 गुरुद्वारे उत्ते हमला होया उत्थे संत जरनैल सिंह है नहीं सीगे बिल्कुल उत्थे क्यों कीता गया जे संत जरनैल सिंह ने हम उन्होंने एफ आई आर की जाती कि वह गिरफ्तारी तो पहला भजे से लाला जगत नारायण 9 अगस्त 1981 मारिया गया ठीक है जी बिल्कुल संत बाबा जरनैल सिंह जी के ब्रांड जारी किए गए तो 20 अगस्त 1981 संत बाबा जरनैल सिंह ने गिरफ्तारी दी 25 दिन जेल च रहे जो कोई सरकार को किसी तरह का मतलब के मिलया नहीं उन्होंने कोई किसी तरह की उन्होंने अगेंस्ट कोई चीज़ उन्होंने रिहा करना पाया जे संत बाबा जरनैल सिंह के खिलाफ कोई वरखिलाफ उन्होंने सरकार को कोई चीज़ लोड़ सी तो मतलब एफ आई आर दर्ज करते ब्रांड जारी करते संतान कहते गिरफ्तारी दो तो वह कर सकते उन्होंने तो सरकार ने तो यह तहिया किया सिख कौम सबक सिखाना है इन्हों की नस्लकुशी करनी है वो की उन्होंने तो बहाना संत जरनैल सिंह का लाया सो जुड़े रहो जी पंजाबस्तान दे नाल आने वाली अगली किश्त दे विच तुहाडे नाल जिहड़े रूबरू गल्लां बातां बाबा जी द्वारा करांगे कि जनरल सुवेग सिंह जी की किद्दां दी ब्योतबंदी सी अंदर जिहड़े उह दिन सी जून दे जदों हमला हो रहा सी अंदर सिंघां दे हौसले किद्दां दे सी किन्ने कु सिंघ शहीद होए सो सारियां गल्लां बातां अगली किश्त दे विच तुहाडे नाल रूबरू करांगे तद तक लई सानूं इजाजत दिओ जी धन्नवाद।